ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ। ਇਸ ਦਾ ਉਦੋਂ ਮਾਸ਼ਾ ਦਾ ਸੁਬਹ ਸੁਬਹ ਦਾ ਟਾਈਮ ਆ ਅਤੇ ਨਾ ਸੂਰਜ ਜਿਹੜਾ ਵਾ ਨਾ ਉਹ ਨਿਕਲ ਆਇਆ ਅਤੇ ਅੱਜ ਨਾ ਅਸੀਂ ਥੋੜ੍ਹੇ ਲੇਟ ਹੋ ਗਏ ਹਾਂ ਨਾਸ਼ਤਾ ਤਿਆਰ ਕਰਨ ਦੇ ਵਿੱਚ ਅਤੇ ਚਾਏ ਮੈਂ ਉੱਪਰ ਰੱਖੀ ਆ ਅਤੇ ਬਾਹਰ ਨਾ ਹਵਾ ਚੱਲਦੀ ਆ ਅਤੇ ਇਸ ਕਰਕੇ ਨਾ ਅੱਗ ਨਹੀਂ ਸੀ ਬਲਦੀ ਚੁੱਲ੍ਹੇ 'ਤੇ ਅਤੇ ਮੈਂ ਕਿਹਾ ਇੱਥੇ ਨਾ ਸਿਲੰਡਰ 'ਤੇ ਬਣਾ ਲਊਂਗੀ ਸਿਲੰਡਰ ਅਤੇ ਚੁੱਲ੍ਹਾ ਜਿਹੜਾ ਉਹਨਾਂ ਨੇ ਉੱਪਰ ਲੈ ਕੇ ਹੀ ਆ ਅਤੇ ਇਹ ਨਾ ਬਾਹਰ ਹੀ ਰੱਖਿਆ ਸੀਗਾ ਸਿਲੰਡਰ ਅਤੇ ਰਾਤੀ ਨਾ ਅੰਦਰ ਲੈ ਕੇ ਆਏ ਹਾਂ। ਮਾਸ਼ਾਅੱਲਾ ਚਾਏ ਸਾਡੀ ਉਬਲ ਗਈ ਆ ਅਤੇ ਥੋੜ੍ਹੀ ਦੇਰ ਇਹਨੂੰ ਨਾ ਉਬਾਲਾਂਗੀ ਤਾਂ ਕਿ ਚੰਗੀ ਤਰ੍ਹਾਂ ਪੱਕ ਜਾਵੇ, ਉਸ ਤੋਂ ਬਾਅਦ ਨਾ ਫਿਰ ਪਾਵਾਂਗੀ ਥਰਮਾਸ 'ਚ। ਮਾਸ਼ਾਅੱਲਾ ਚਾਏ ਜਿਹੜੀ ਹੈ ਨਾ ਉਹ ਮੈਂ ਥਰਮਾਸੀ 'ਚ ਪਾ ਲਈ ਆ ਅਤੇ ਤਵਾ ਜਿਹੜਾ ਬਣਾ ਕੇ ਧੋ ਲਵਾਂ। ਰਾਤ ਨੂੰ ਨਾ ਅਸੀਂ ਆਲੂ ਗੋਭੀ ਦਾ ਸਾਲਣ ਬਣਾਇਆ ਸੀਗਾ ਅਤੇ ਸਾਲਣ ਵੀ ਇਸੇ ਵਾਸਤੇ ਬਣਾਇਆ ਸੀ, ਮੈਂ ਤਾਂ ਸੁਬਹਾ ਨਾ ਸਾਰਿਆਂ ਵਾਸਤੇ ਨਾ ਪਰਾਂਠੇ ਬਣਾ ਲਵਾਂਗੀ ਆਲੂ ਅਤੇ ਗੋਭੀ ਦੇ ਅਤੇ ਹੁਣ ਨਾ ਮੈਂ ਆਖਿਆ ਨਾਸ਼ਤੇ ਦੇ ਵਿੱਚ ਆਲੂ ਗੋਭੀ ਦੇ ਪਰਾਂਠੇ ਬਣਾ ਲਵਾਂ, ਇਸ ਤਰ੍ਹਾਂ ਛੋਟੇ ਛੋਟੇ ਪਿੰਡੀ ਕਰਾਂਗੀ। ਜੀ ਮਾਸ਼ਾਅੱਲਾ ਤਵਾ ਮੈਂ ਉੱਪਰ ਰੱਖ ਲਿਆ ਵਾ, ਮੈਂ ਕਿਹਾ ਗਰਮ ਹੋ ਜਾਵੇ ਅਤੇ ਇੱਧਰ ਨਾ ਆਲੂ ਗੋਭੀ ਅਤੇ ਜਿਹੜਾ ਸਾਲਣ ਆ ਨਾ ਉਹ ਮੈਂ ਇੱਕ ਰੋਟੀ ਬਣਾ ਲਈ ਆ, ਇਸ ਤਰ੍ਹਾਂ ਛੋਟਾ ਜਿਹਾ ਪੇੜਾ ਲਿਆ ਸੀ।
ਵੈਸੇ ਗੋਭੀ ਜਿਹੜੀ ਆ ਨਾ ਉਹ ਤਾਂ ਬਰੀਕ ਹੀ ਹੁੰਦੀ ਆ, ਆਲੂ ਜਿਹੜੇ ਆ ਨਾ ਇਹਨਾਂ ਨੂੰ ਤੋੜਨਾ ਪੈਣਾ, ਕਿਉਂ ਇਹ ਫਿਰ ਰੋਟੀ ਦੇ ਸਹੀ ਨਹੀਂ ਪੱਕਦੀ। ਇਸ ਤਰ੍ਹਾਂ ਹੱਥ ਦੇ ਨਾਲ ਤੋੜਾਂਗੇ। ਦੂਸਰੇ ਪੈੜੇ ਦੀ ਜਿਹੜੀ ਰੋਟੀ ਆ ਨਾ ਉਹ ਮੈਂ ਇਸ ਤਰ੍ਹਾਂ ਉੱਪਰ ਰੱਖਾਂਗੀ ਤਾਂ ਕਿ ਸਾਲਣ ਜਿਹੜਾ ਵਾ ਨਾ ਚੰਗੀ ਤਰ੍ਹਾਂ ਬੰਦ ਹੋ ਜਾਵੇ। ਦੂਸਰੀ ਜਿਹੜੀ ਰੋਟੀ ਹੈ ਨਾ ਉਹ ਵੀ ਮੈਂ ਇਸੇ ਤਰ੍ਹਾਂ ਤਿਆਰ ਕਰਾਂਗੀ। ਜੀ ਮਾਸ਼ਾਅੱਲਾ ਆਲੂ ਗੋਭੀ ਵਾਲਾ ਇੱਕ ਪਰਾਠਾ ਸਾਡਾ ਤਿਆਰ ਹੋ ਗਿਆ ਵਾ। ਦੇਖੋ ਕਿੰਨਾ ਮਜ਼ੇਦਾਰ ਅਤੇ ਪਿਆਰਾ ਪਰਾਠਾ ਤਿਆਰ ਕੀਤਾ। ਮਾਸ਼ਾਅੱਲਾ ਸਾਡਾ ਦੂਸਰਾ ਪਰਾਠਾ ਜਿਹੜਾ ਵਾ ਨਾ ਉਹ ਵੀ ਤਿਆਰ ਹੋ ਗਿਆ। ਮਾਸ਼ਾਅੱਲਾ ਨਾਸ਼ਤਾ ਸਾਰਿਆਂ ਨੇ ਕਰ ਲਿਆ ਤੇ ਹੁਣ ਜਿਹੜੀ ਹੈ ਨਾ ਉਹ thank you.
ਧੋਤੇ ਆ, ਮੈਂ ਆਖਿਆ ਖਾਡਾ ਸਾਫ਼ ਕਰ ਲਵਾਂ। ਇਹ ਨਾ ਫਿਰ ਜਿਹੜਾ ਕਿ ਉਹ ਜਾਂ ਦੂਸਰਾ ਮਹਿਲ ਹੁੰਦਾ ਨਾ, ਜੰਮ ਜਾਂਦਾ ਫਿਰ ਬੜੀ ਮੁਸ਼ਕਲ ਦੇ ਨਾਲ। ਸੁਬਹ ਨਾ ਬਲੇਟ ਕੇ ਅੰਦਰ ਰੱਖ ਦਿੱਤੇ, ਮੈਂ ਇਹਨਾਂ ਜੋੜ ਲੈਂਦੀ ਹਾਂ। ਮਾਮਾ ਮੋਢੂ ਮੱਖੀ ਉਹ ਦੇਖੋ ਦੇ ਮੂਆ। ਅੱਛਾ ਤੂੰ ਮੱਖੀ ਮੈਨੂੰ ਪਤਾ ਨਹੀਂ ਥਾ। ਇਹ ਵੀ ਕੰਮ ਹੋ ਗਿਆ। ਇਹ ਕੱਲ੍ਹ ਨਾ ਆਹ ਜਿਹੜੀ ਜਗ੍ਹਾ ਵਾ ਨਾ, ਇਹ ਮਿਸਤਰੀ ਭਾਈਆਂ ਨੇ ਨਾ ਦੂਸਰਾ ਸਹੀ ਕਰਾਉਣੀ ਸੀਗੀ, ਅਤੇ ਆਹ ਜਿਹੜਾ ਕੱਪੜਾ ਵਾ ਨਾ ਇਹਨਾਂ ਨੇ ਇਕੱਠਾ ਕਰ ਲਿਆ। ਮਾਸ਼ਾਲਾ ਇਹਨਾਂ ਦਾ ਪਿੰਜਰਾ ਜਿਹੜਾ ਵਾ ਨਾ ਮੈਂ ਧੋ ਕੇ ਸਾਫ਼ ਕਰ ਲਿਆ ਵਾ, ਤਾਜ਼ਾ ਪਾਣੀ ਤੋਤਿਆਂ ਨੂੰ ਪਾਇਆ ਵਾ, ਅਤੇ ਨਾਲ ਚੂਜ਼ਿਆਂ ਨੂੰ ਵੀ ਨਵਾਇਆ ਵਾ, ਗਰਮੀ ਬਹੁਤ ਆ, ਅਤੇ ਨਾਲ ਪਿਆਜ਼ ਅਤੇ ਦਾਣੇ ਮੈਂ ਇਹਨਾਂ ਨੂੰ ਪਾਤੇ ਆ, ਅਤੇ ਇੱਧਰ ਨਾ ਰੋਟੀ ਭੇਂਗ ਕੇ ਰੱਖੀ ਸੀ ਅਤੇ ਉਹ ਨਾ ਮੈਂ ਧੋਤਿਆਂ ਨੂੰ ਪਾ ਲਈ ਆ। ਅਤੇ ਇਹ ਨਾ ਬੜੇ ਸ਼ੌਕ ਨਾਲ ਬਾਜਰਾ ਖਾਂਦੇ ਆ, ਨਾਲ ਨਾ ਦਲੀਆ ਜਿਹੜਾ ਵਾ ਉਹ ਵੀ ਖਾ ਲੈਂਦੇ ਆ, ਨਾਲੇ ਰੋਟੀ ਭੇਂਗ ਕੇ ਰੱਖੋ ਨਾ ਉਹ ਵੀ ਬੜੇ ਸ਼ੌਕ ਨਾਲ ਖਾਂਦੇ ਆ, ਮਾਸ਼ਾਲਾ ਖਾ ਰਹੇ ਆ। ਮੈਂ ਇੱਥੇ ਐਂਡ ਕਰਾਂਗੀ, ਇਸੇ ਦੇ ਨਾਲ ਆਪਣੀ ਭੈਣ ਨੂੰ ਦੇ ਇਜਾਜ਼ਤ ਦਿਓ। ਅੱਲਾ ਹਾਫਿਜ਼।